ਦੁਰ ਫਿਟੇ ਮੂੰ ਸੜ ਜੇ ਮੇਰੀ ਕਿਸਮਤ ਮੈਂ ਤੇ ਨਬ ਨੂੰ ਐਵੇਂ ਘਰੋਂ ਭੇਜਤਾ ਇਹ ਤੇ ਫਿਰ ਮੈਂ ਕੋ ਬਰਗਰ ਮੰਗਾ ਮਗਾ ਖਾਈ ਜਾਂਦੀ ਆ ਮੰਮੀ ਜੀ ਲੋਕਾਂ ਦੀ ਪਰਵਾਹ ਤਾਂ ਨੂੰ ਹੋਊਗੀ ਮੈਨੂੰ ਨਹੀਂ ਮੈਂ ਕੀ ਲੈਣਾ ਲੋਕਾਂ ਕੋ ਪਰ ਆਪਾਂ ਤੇ ਪਿੰਡ 'ਚ ਹੀ ਰਹਿਣਾ ਨਾ ਲੋਕਾਂ ਦੀਆਂ ਗੱਲਾਂ ਨਹੀਂ ਕਰਵਾਈਆਂ ਜਾਂਦੀਆਂ ਮੰਮੀ ਜੀ ਤੁਸੀਂ ਪੁਰਾਣੇ ਜ਼ਮਾਨੇ ਦੇ ਹੋ ਅੱਜ ਕੱਲ ਕੋਣ ਕਿਸੇ ਨੂੰ ਪੁੱਛਦਾ ਵਾ ਹਰ ਕੋਈ ਆਪਣੀ ਦੁਨੀਆ ਵਿੱਚ ਮਸਤਾ ਅਜੇ ਘਰੇ ਮੈਂ ਵੜਿਆ ਹੀ ਆ ਤੇ ਇਹਨੇ ਪਤਾ ਨਹੀਂ ਕੀ ਨਵਾਂ ਸਿਆਪਾ ਪਾਉਣਾ ਹੁਣ ਪੁੱਤੇ ਅੰਦਰ ਕੀ ਕਰਨ ਗਈ ਆ ਹੁਣ ਮੰਮੀ ਮੈਨੂੰ ਕੀ ਪਤਾ ਮੈਂ ਵੀ ਤੇ ਤੁਹਾਡੇ ਲਾਗੇ ਬੈਠਾ ਆਂ ਮੰਮੀ ਇਹ ਬਿਜਲੀ ਦਾ ਬਿੱਲ ਨੀਗਾ ਇਹ ਤੁਹਾਡੀ ਨੌ ਰਾਨੀ ਨੇ ਨਾ ਜਿਹੜਾ ਮੈਂ ਕੋਲੋਂ ਮੰਗਵਾ ਮੰਗਵਾ ਕੇ ਸਮਾਨ ਕਰਦਾ ਹੈ ਨਾ ਇਹ ਉਹਦਾ ਬਿੱਲ ਆ ਪੂਰਾ 3500 ਰੁਪਈਆ ਵਾਹ ਵੇ ਤੇਰੇ ਹੁਣ ਤੂੰ ਵੀ ਇਹਦੀ ਬੋਲੀ ਬੋਲਣ ਲੱਗ ਪਿਆ ਤਾਈ ਤੇਰੀ ਸੱਚੀ ਕਹਿੰਦੀ ਸੀ ਕਿ ਖਰਬੂਜੇ ਨੂੰ ਵੇਖ ਕੇ ਖਰਬੂਜਾ ਰੰਗ ਫੜਦਾ ਆ ਮੰਮੀ ਜੋ ਕੁਝ ਮਰਜ਼ੀ ਸੋਚੀ ਜਾਓ ਪਰ ਕਿੰਨੇ ਨੇ ਕੰਮ ਨਹੀਂ ਕਰਨਾ ਠੀਕ ਆ ਜੇ ਇਹਨੇ ਨਹੀਂ ਨਾ ਕਰਨਾ ਤੇ ਮੈਂ ਵੀ ਚੱਲੀ ਆ ਆਪਣੇ ਪੇਕੇ ਨਾ ਮੇਰੀ ਸੁਣੋ ਗੱਲ ਤੇ ਰੋਕੋ ਮੰਮੀ ਨੂੰ ਜੇ ਮੰਮੀ ਪੈਕੇ ਚਲ ਗਏ ਤੇ ਘਰ ਦਾ ਕੰਮ ਕੌਣ ਕਰੂਗਾ? ਉਹ ਨਹੀਂ ਕਰਨ ਮੈਂ ਨਹੀਂ ਰੋਕਣਾ ਮੰਮੀ ਨੂੰ ਕੋਈ ਗੱਲ ਨਹੀਂ ਜਾਲਾਂਦੇ ਉਹਨਾਂ ਨੂੰ ਉਹ ਤੈਨੂੰ ਕਿਦਾਂ ਬੋਲ ਕੇ ਗਏ ਆ? ਪਰਨਵ ਪਰਪੁਰ ਕੁਝ ਨਹੀਂ ਕਰਨ ਕੋਈ ਗੱਲ ਨਹੀਂ ਜਾਲਾਂਦੇ ਤੂੰ ਉਹਨਾਂ ਨੂੰ। ਹਰ ਰੱਬਾ ਮੰਮੀ ਪੈਕੇ ਚਲ ਗਏ ਆ ਮੈਂ ਤੇ ਬਾਹਰੋਂ ਮੰਗਾ ਕੇ ਕੁਝ ਖਾ ਲਾਂਗੀ ਪਰ ਨਵ ਰੋਟੀ ਕਿੱਥੋਂ ਖਾਣਗੇ? ਹੇ ਰੱਬਾ ਮੇਰੀਆ ਆਏ ਨਵ ਨਵ ਹੈ ਰਬਾ ਨਾ ਨੂੰ ਕੀ ਹੋਇਆ ਵਾ ਮੈਂ ਪਾਣੀ ਲੈ ਕੇ ਆਉਣੀ ਆ ਨਵ ਉਠੋ ਪਾਣੀ ਪੀਓ ਨਵ ਉਠੋ ਪਾਣੀ ਪੀਓ ਨਬਾਰ ਗਰਮੀ ਬਹੁਤ ਆ ਆਪਾਂ ਏਸੀ ਰੂਮ ਚ ਜਾ ਕੇ ਬੈਠਨੇ ਆ ਉਹ ਨਹੀਂ ਕਰਨਾ ਮੇਰੇ ਕੋਲ ਨਿਉਠਿਆ ਜਾਂਦਾ ਯਾਰ ਮੈਂ ਇੱਥੇ ਠੀਕ ਆ ਨਾ ਹੋਇਆ ਕੀ ਮੈਨੂੰ ਦੱਸੋ ਤਾਂ ਸਹੀ ਕਿਰਨਾ ਮੇਰੇ ਸਿਰ ਪੇੜ ਬਹੁਤ ਜ਼ਿਆਦਾ ਹੋਣ ਰਹੀ ਆ ਤੇ ਨਾਲੇ ਮੈਨੂੰ ਘਬਰਾਟ ਹੋਈ ਜਾਂ ਰਹੀ ਆ ਤੇ ਨਬ ਚਲੋ ਆਪਾਂ ਡਾਕਟਰ ਕੋ ਦਵਾਈ ਲੈ ਕੇ ਆਉਂਨੇ ਆ ਫਿਰ ਨਹੀਂ ਕਰਨਾ ਮੈਂ ਨਹੀਂ ਡਾਕਟਰ ਕੋ ਜਾਣਾ ਯਾਰ ਨਾ ਕਿੱਦਾਂ ਦੇ ਲੋਗ ਹੋ ਤੁਸੀਂ ਇੱਕ ਪਾਸੇ ਬਿਮਾਰ ਹੋ ਤੇ ਦੂਜੇ ਪਾਸੇ ਕਹਿੰਦੇ ਮੈਂ ਡਾਕਟਰ ਕੋ ਦਵਾਈ ਲੈਣ ਨੂੰ ਜਾਣਾ ਉਹ ਕਿਰਨਾ ਕੀ ਤੂੰ ਆਉਂਦਿਆ ਮੈਂ ਡਾਕਟਰ ਕੋ ਦਵਾਈ ਲੈ ਲਈ ਹੀ ਤੇ ਕੀ ਕਹਿੰਦਾ ਫਿਰ ਉਹ ਕਹਿਣਾ ਕੀ ਆ ਉਹ ਕਹਿੰਦਾ ਬੀਪੀ ਬਹੁਤ ਜ਼ਿਆਦਾ ਹਾਈ ਹੋ ਗਿਆ ਆ ਨਾ ਵੇ ਇੱਕ ਤਾਂ ਤੁਸੀਂ ਸਾਰਾ ਦਿਨ ਗਰਮੀ 'ਚ ਖੇਤੀ ਕੰਮ ਲੱਗੀ ਰਹਿੰਦੇ ਹੋ ਬੰਦਾ ਸ਼ਾਮ ਨੂੰ ਵੀ ਕਰ ਲੈਂਦਾ ਉਹ ਕੋਈ ਗੱਲ ਨਹੀਂ ਕਰਨਾ ਤੂੰ ਟੈਨਸ਼ਨ ਨਾ ਲੈ ਮੈਂ ਆਪੇ ਠੀਕ ਹੋ ਜਾਣਾ ਆ ਚਲੋ ਠੀਕ ਐ ਜੇ ਤੁਸੀਂ ਅੰਦਰ ਨਹੀਂ ਜਾਣਾ ਤੇ ਇੱਥੇ ਘੜੀ ਰੌਂਗ ਕਰ ਲਓ ਫਿਰ ਚਲ ਠੀਕ ਆ ਕਾ ਮਾ ਪੈ ਗਈਆਂ ਅਜੇ ਤੱਕ ਨਾ ਉੱਠੇ ਨੇ ਹੈਗੇ ਚਲ ਮੈਂ ਇਦਾਂ ਕਰਦੀ ਆ ਮੈਂ ਆਪ ਹੀ ਵੇਖ ਕੇ ਆਉਣੀ ਆ ਨਾਵ ਠੀਕ ਹੋ ਪਿਆ ਫਰਕ ਤਾਂ ਉਹ ਹਾਂ ਕਿੰਨਾ ਠੀਕ ਤੇ ਹੈ ਮੈਂ ਥੋੜਾ ਬਹੁਤਾ ਪਿਆ ਫਰਕ ਅੱਗੇ ਨਾਲੋਂ अच्छा पर मेरा ना, ना। कुछ, ना कुछ हुन मैं मैं कुछ ना कुछ खा नु चीज ਕਰਨ ਲਿਆ ਕਰਨ ਜਾਂ ਕੁਝ ਬਣਾ ਕੇ ਲਿਆ ਦੇਆ ਮੈਨੂੰ। ਨਾ ਤੁਹਾਨੂੰ ਪਤਾ ਤੇ ਹੈਗਾ ਵਾ ਮੈਨੂੰ ਕੁਝ ਬਣਾਉਣਾ ਨਹੀਂ ਆਉਂਦਾ ਤੇ ਮੈਂ ਹੁਣ ਕੀ ਕਰਾਂ ਫਿਰ? ਚਲੋ ਮੈਂ ਇਦਾਂ ਕਰਦੀ ਆ ਮੈਂ ਮੈਗਨ ਦੁਕਾਨ ਤੇ ਭੇਜਦੀ ਆ ਤੇ ਤੁਹਾਡੇ ਖਾਣ ਵਾਸਤੇ ਕੁਝ ਮੰਗਵਾਉਣੀ ਆ। ਉਹ ਕਿਰਨ ਮੇਰੀ ਸੁਣ ਗੱਲ ਬਿਮਾਰਤ ਮੈਂ ਅੱਗੇ ਪਿਆ ਆ ਮੈਂ ਬਾਹਰ ਦੀ ਕੋਈ ਚੀਜ਼ ਨਹੀਂ ਖਾਣੀ ਬਾਹਰ ਦੀ ਚੀਜ਼ ਖਾ ਕੇ ਤੇ ਮੈਂ ਹੋਰ ਬਿਮਾਰ ਹੋ ਜਾਣਾ ਆ। ਤੇ ਨਾ ਮੈਂ ਕੀ ਕਰਾਂ ਮੈਨੂੰ ਤਾਂ ਰੋਟੀ ਬਣਾਉਣੀ ਨਹੀਂ ਆਉਂਦੀ। ਚਲ ਤੂੰ ਇਦਾਂ ਕਰ ਜਾ ਕੋਡ ਦੁੱਧ ਗਰਮ ਕਰ ਲਿਆ ਫਿਰ ਜੇ ਨਹੀਂ ਰੋਟੀ ਬਣਾਉਣੀ ਆਉਂਦੀ ਤੇ ਚਲੋ ਠੀਕ ਹੈ ਨਾ ਤੁਹਾਡੇ ਲਈ ਫਿਰ ਮੈਂ ਦੁੱਧ ਗਰਮ ਕਰਕੇ ਲਿਆਉਣੀ ਆਂ ਹਾਂ ਜਾ ਲੈ ਆਵਾ ਨਾਉ ਉਠੋ ਦੁੱਧ ਪੀ ਲਓ। ਨਾ ਮੇਰੀ ਸੁਣੋ ਗੱਲ। ਮੈਂ ਇਦਾਂ ਕਰਦੀ ਆਂ, ਮੈਂ ਮੰਮੀ ਨੂੰ ਫੋਨ ਲਾਉਣੀ ਆਂ, ਆਪੇ ਘਰੇ ਆ ਜਾਂਦੇ ਆ। ਕਿਹ ਰਣਾ? ਮੈਂ ਮੰਮੀ ਨਾਲ ਗੱਲ ਨਹੀਂ ਕਰਨੀ। ਜੇ ਤੂੰ ਕਰਨੀ ਐ ਤੇ ਕਰ ਲਾ, ਕਿਉਂਕਿ ਮੇਰੇ ਨਾਲ ਤੇ ਮੰਮੀ ਲੜ ਕੇ ਗਏ ਆ। ਨਾ ਗਲਤ ਸਹੀ ਐ ਤੁਹਾਡੇ ਵਾਲੇ। ਪਰ ਹੁਣ ਕੰਮ ਦਾ ਤੇ ਓਖਾ ਹੀ ਐ ਨਾ। ਅੱਗੇ ਤੇ ਤੁਸੀਂ ਮਾੜਾ ਮੋਟਾ ਕਰ ਲੈਂਦੇ ਹੀ। ਪਰ ਹੁਣ ਤੇ ਤੁਸੀਂ ਵੀ ਮੰਜੇ ਤੇ ਪੈ ਗਏ ਜੇ ਮੈਂ ਤੇ ਬਾਹਰੋਂ ਮੰਗਾ ਕੇ ਕੁਝ ਖਾ ਲਾਂਗੀ ਪਰ ਤੁਸੀਂ ਤੇ ਰੋਟੀ ਖਾਣੀ ਹੁੰਦੀ ਹੈ ਨਾ ਮੈਂ ਇਹਦਾ ਕਰਦੀ ਮੰਮੀ ਨੂੰ ਫੋਨ ਲਾ ਹੀ ਲੈਣੀ ਆ ਵੇ ਅਲੱਗ ਨਾਲ ਕਰ ਲਾ ਗੱਲ ਕਰਨੀ ਆ ਤੇ ਚਲੋ ਠੀਕ ਹੈ ਚੰਗਾ ਕੀ ਕਰਾਂ ਮੰਮੀ ਨੂੰ ਫੋਨ ਲਾਵਾਂ ਜਾਂ ਨਾ ਲਾਵਾਂ ਚਲ ਲਾ ਹੀ ਲੈਣੀ ਆ ਹੈਲੋ ਸਤਿ ਸ਼੍ਰੀ ਅਕਾਲ ਮੰਮੀ ਹਾਂ ਹੁਣ ਕਿਦਾਂ ਯਾਦ ਆ ਗਈ ਮੰਮੀ ਦੀ ਮੰਮੀ ਜੀ ਨਾਭ ਠੀਕ ਨਹੀਂ ਹੈਗੇ ਨਾਭ ਠੀਕ ਨਹੀਂ ਆ ਹਾਂਜੀ ਤੇ ਤੁਸੀਂ ਆਜੋ ਹਾਂ ਮੇਰੀ ਸੋਹਣਾ ਗੱਲ ਨਾਭ ਨੂੰ ਕਿਹੇ ਚੰਗੇ ਜਿਹੇ ਡਾਕਟਰ ਕੋ ਦਵਾਈ ਦਵਾ ਦੇ ਮੈਂ ਨਹੀਂ ਆਉਣਾ ਮੰਮੀ ਜੀ ਕੰਮ ਅੱਛਾ ਰੋਲਾ ਤੇ ਸਾਰਾ ਕੰਮ ਦਾ ਆ ਤੁਸੀਂ ਦੋਹੀ ਜੀ ਰਲ ਕੇ ਮੈਨੂੰ ਮੂਰਖ ਬਣਾਉਂਦੇ ਜੇ ਨਹੀਂ ਮੰਮੀ ਜੀ ਮੈਂ ਮੂਰਖ ਕਿਉਂ ਬਣਾਉਣਾ ਤੁਹਾਨੂੰ ਨਹੀਂ ਮੈਨੂੰ ਸਭ ਪਤਾ ਆ ਤੇਰੇ ਕੋ ਰੋਟੀ ਪੱਕਦੀ ਨਹੀਂ ਆ ਨਾ ਤੂੰ ਰੋਟੀ ਖਾਨੀ ਆ ਨਾ ਤੇ ਰੋਟੀ ਮੰਗਦਾ ਹੀ ਹੋਊਗਾ ਨਾ ਹੁਣ ਤੁਹਾਡੇ ਸਿਰ ਪਈ ਆ ਨਾ ਆਪੇ ਜਿੱਤਰਾ ਮਰਜੀ ਕਰੋ ਮੈਂ ਨਹੀਂ ਆਉਣਾ ਹਾਂ ਮੰਮੀ ਨੇ ਫੋਨ ਕੱਟਤਾ ਹਾਏ ਰੱਬਾ ਹੁਣ ਮੈਂ ਕੀ ਕਰਾਂ ਕਿੰਨ ਕਰ ਲਈ ਗੱਲ ਮੰਮੀ ਨਾਲ ਹਾਂਜੀ ਨਾ ਕਰ ਲਈ ਕੀ ਕਹਿੰਦੇ ਆ ਉਹਨਾਂ ਨੇ ਹਣ ਤੋਂ ਮਨਾ ਕਰਤਾ ਵਾ ਮਨਾ ਕਰਤਾ ਹਾਂ ਹਾਂਜੀ ਤੇ ਤੁਸੀਂ ਦੱਸਿਆ ਨਹੀਂ ਮੰਮੀ ਨੂੰ ਕਿ ਮੈਂ ਠੀਕ ਨਹੀਂ ਆ ਹਾਂਜੀ ਨਾ ਮੈਂ ਦੱਸਿਆ ਹੀ ਉਹ ਕਹਿੰਦੇ ਹੀ ਕਿ ਮੈਂ ਨਹੀਂ ਆਉਣਾ ਤੁਹਾਡੇ ਸਿਰ ਤੇ ਪਈ ਐ ਤੁਸੀਂ ਆਪ ਹੀ ਘਟੋ ਹਦ ਹੋ ਗਈ ਮੰਮੀ ਵਾਲੇ ਦੀ ਉਹ ਇੰਨੇ ਪੱਥਰਦਿਲ ਕਿਦਾਂ ਹੋ ਸਕਦੇ ਆ ਨਾ ਕੀ ਕਰੀ ਹੁਣ ਰੋਟੀ ਤੇ ਮੈਨੂੰ ਬਣਾਉਣੀ ਨਹੀਂ ਆਉਂਦੀ ਨਾਲੇ ਇੰਨੀ ਗਰਮੀ ਦੇ ਵਿੱਚ ਮੈਂ ਕੰਮ ਨਹੀਂ ਕਰ ਸਕਦੀ ਉਹ ਚੱਲ ਕੋਈ ਗੱਲ ਇਹ ਕਰਨ ਦੇਖੀ ਜਾਏਗੀ ਜੋ ਹੋਏਗੀ ਆ ਕਪ ਲੈ ਆਜਾ ਤੂੰ ਚੁੱਕ ਕੇ ਮੇਰੇ ਲਾਗੋ ਚਲੋ ਠੀਕ ਬੜਾ ਕੰਮ ਖਰਾਬ ਹੋ ਗਿਆ ਯਾਰ ਮੰਮੀ ਨੇ ਵੀ ਆਉਣ ਤੋਂ ਨਾ ਕਰਤੀ ਆ ਤੇ ਕਹਿੰਦੇ ਨੂੰ ਤੇ ਰੋਟੀ ਬਣਾਉਣੀ ਨਹੀਂ ਆਉਂਦੀ ਮੇਰੇ ਬਾਤ ਤੇ ਬੜਾ ਝੋਕਾ ਕੰਮ ਹੋ ਗਿਆ ਆ ਕੁਝ ਸਮਝ ਨਹੀਂ ਆਉਂਦੀ ਨਾਵ ਨਾਵ ਹਾਂਜੀ ਤੂੰ ਉੱਠ ਕੇ ਤੇ ਥੋੜਾ ਜਿਹਾ ਤੁਰ ਫੇਰੀ ਲੈਣਾ ਸੀ ਤੂੰ ਇਹ ਤੇ ਕੱਲ੍ਹ ਦੇ ਉੱਠਣ ਹੀ ਨਹੀਂ ਦੇ ਕਿਰਨ ਕੀ ਕਰਾਂ ਯਾਰ ਮੇਰੇ ਕੋ ਉਠਿਆ ਹੀ ਨਹੀਂ ਜਾਂਦਾ ਤੇ ਮੈਂ ਕਿੱਦਾਂ ਉੱਠ ਕੇ ਤੁਰ ਲਾਂ ਪਤਾ ਨਹੀਂ ਕੀ ਚੱਕਰ ਹੋ ਗਿਆ ਆ ਇਹਦਾ ਤੇ ਇਹਨਾਂ ਨੇ ਕਮਜ਼ੋਰ ਹੋ ਜਾਣਾ ਵਾ ਪਸੰਦੀ ਰੋਟੀ ਖਾਦੀ ਇਹਨਾਂ ਨੇ ਜੋ ਕਿ ਇਹਨਾਂ ਨੇ ਆਪ ਹੀ ਬਣਾਈ ਸੀ। ਉਹ ਤੋਂ ਬਾਅਦ ਨਾ ਹੀ ਮੈਂ ਇਹਨਾਂ ਨੂੰ ਬਣਾ ਕੇ ਦਿੱਤੀ ਐ ਤੇ ਨਾ ਹੀ ਇਹਨਾਂ ਨੇ ਖਾਦੀ ਐ। ਹੁਣ ਮੈਂ ਕੀ ਕਰਾਂ? ਕਿਰਨ ਤੂੰ ਕੀ ਸੋਚੀ ਜਾਂ ਰਹੀ ਆ? ਕੁਝ ਨਹੀਂ ਨਾ। ਕਿਰਨ ਪਤਾ ਨਹੀਂ ਵਿਚਾਰੇ ਕੀ ਸੋਚੀ ਜਾਂ ਰਹੀ ਸੀ। ਹੋਏ ਰੱਬਾ ਰੋਟੀ ਤੇ ਗੋਲ ਹੋਉਣ ਈ। ਮੈਂ ਕੀ ਕਰਾਂ? ਇੱਕ ਸਕੀਮ ਲਉਣੀ ਆ ਵਾਓ ਬਣ ਗਈ ਨਾ ਰੋਟੀ ਇਹ ਰੋਟੀ ਮੇਰੀ ਜ਼ਿੰਦਗੀ ਦੀ ਪਹਿਲੀ ਰੋਟੀ ਹੈ ਇਹ ਬਹੁਤ ਹੀ ਸੜੀ ਜਾਂਦੇ ਮੇਰੇ ਤੇ ਨਵੀਂ ਮੁਸੀਬਤ ਪਾ ਲਈ ਮੈਂ ਆਪਣੀ ਗੱਲ ਕਿਰਨ ਗੈਤੇਰ ਸੋਈ ਦੇ ਵਿੱਚ ਹੀ ਆ ਪਤਾ ਨਹੀਂ ਉਹ ਤੇ ਕੀ ਕਰਨ ਰਹੀ ਆ ਇਹਦੇ 2 ਮਿੰਟ ਨਹੀਂ ਇਹਦੇ ਸੋਈ ਚ ਕੱਢ ਸਕਦੀ ਨਾਵ ਆਰੋ ਜੀ ਰੋਟੀ ਖਾਓ ਇਹ ਤੁਹਾਡੇ ਘਰ ਵਾਲੇ ਨੇ ਆਪਣੇ ਹੱਥਾਂ ਦੇ ਨਾਲ ਬਣਾਈ ਆ ਕਿਰਨ ਰੋਟੀ ਹਾਂਜੀ ਵਾਹ ਕਿਰਨ ਤੂੰ ਤੇ ਰੋਟੀ ਬੜੀ ਗੋਲ ਬਣਾਈ ਆ ਨਾਵੇ ਇੱਕ ਮੈਂ ਪਲਾਨ ਦੇ ਨਾਲ ਬਣਾਈ ਆ ਪਲਾਨ ਕਿਹੜਾ ਪਲਾਨ ਕਿਰਨ ਨਾ ਮੈਂ ਰੋਟੀ ਵੇਲੀ ਪਰ ਉਹ ਗੋਲ ਨਹੀਂ ਹੋਈ ਫਿਰ ਮੈਂ ਇੱਕ ਸਕੀਮ ਲਾਈ ਮੈਂ ਬਾਟੀ ਲਈ ਬਾਟੀ ਦੇ ਨਾਲ ਰੋਟੀ ਕੱਟ ਕੀਤੀ ਤੇ ਰੋਟੀ ਗੋਲ ਹੋ ਗਈ ਤੇ ਬਸ ਤਵੇ ਤੇ ਪਕਾ ਕੇ ਤੇ ਤੁਹਾਡੇ ਵਾਸਤੇ ਮੈਂ ਲੈਣਦੀ ਆ ਵਾਹ ਕਿਰਨ ਅ ਤੇਰੀ ਬਣੀ ਰੋਟੀ ਵੇਖ ਕੇ ਤੇ ਇਦਾਂ ਲੱਗਦਾ ਹੀ ਨਹੀਂ ਆ ਕਿ ਤੂੰ ਅੱਜ ਪਹਿਲੇ ਦਿਨ ਰੋਟੀ ਬਣਾਈ ਹੁੰਦੀ ਆ ਵੈਹ ਕਿਰਨ ਅੱਜ ਮੈਨੂੰ ਬਹੁਤ ਚੰਗਾ ਲੱਗਣ ਰਿਹਾ ਆ ਕਿ ਮੈਂ ਤੇਰੇ ਹੱਥਾਂ ਦੀ ਬਣੀ ਰੋਟੀ ਖਾਵਾਂਗਾ ਚਲੋ ਠੀਕ ਐ ਨਵ ਹੁਣ ਤੂੰ ਹੀ ਰੋਟੀ ਖਾਓ ਠੰਡੀ ਹੋਣ ਦੀ ਮੈਂ ਹੋਰ ਲੈ ਗਈ ਤੁਹਾਡੇ ਵਾਸਤੇ ਚਲ ਠੀਕ ਐ ਕਿਰਨ ਨਵ ਹਾਂਜੀ ਜੇ ਤਾਂ ਉਹ ਤੋਂ ਫਰਕ ਨਹੀਂ ਪੈਣਿਆ ਤੇ ਆਪਾਂ ਸ਼ਹਿਰੋਂ ਜਾ ਕੇ ਵਧੀਆ ਡਾਕਟਰ ਕੋ ਦਵਾਈ ਲੈ ਕੇ ਆਉਣੀ ਹੈ ਨਹੀਂ ਕਿਰਨ ਅੱਗੇ ਨਾਲੋਂ ਮੈਨੂੰ ਕਾਫੀ ਫਰਕ ਪੈ ਗਿਆ ਆ ਮੈਂ ਨਹੀਂ ਸ਼ਹਿਰ ਸੁਰ ਜਾਣਾ ਆਪਾਂ ਇੱਥੇ ਹੀ ਫਰਕ ਪੈ ਜਾਊਗਾ ਮੈਨੂੰ ਠੀਕ ਐ ਚਲੋ ਫਿਰ ਮੈਂ ਤੁਹਾਡੇ ਤੇ ਰੋਟੀ ਲੈ ਕੇ ਆਉਣੀ ਆ ਕਿਰਨ ਮੇਰਾ ਕੁਝ ਖਾਣ ਨੂੰ ਹੀ ਨਹੀਂ ਜੀ ਕਰਨਿਆ ਮੈਂ ਨਹੀਂ ਰੋਟੀ ਖਾਣੀ ਯਾਰ ਨਾ ਰੋਟੀ ਖਾਓਗੇ ਤੇ ਤਾਈ ਦਵਾਈ ਖਾਣ ਵਾਲੇ ਬਣੋਗੇ ਮੈਂ ਰੋਟੀ ਲੈ ਕੇ ਆਉਣੀ ਆ ਜਾ ਲੈ ਵਾ ਯਾਰ ਕਿਰਨ ਨਵਾਲਾ ਰੋਟੀ ਖਾ ਲੋ ਕਿਰਨ ਮੈਂ ਨਹੀਂ ਰੋਟੀ ਖਾਣੀ ਨਵ ਹੁਣੇ ਤੇ ਤੁਸੀਂ ਕਿਹਾ ਸੀ ਕਿ ਰੋਟੀ ਲੈ ਕਿਹਾ ਤਾਂ ਹੁਣ ਤੁਸੀਂ ਰੋਟੀ ਨਹੀਂ ਖਾਣੀ ਕਿਰਨ ਮੈਂ ਇੱਕ ਸ਼ਰਤ ਤੇ ਰੋਟੀ ਖਾਣੀ ਆ ਨਵੋ ਕਿਹੜੀ ਤੈਨੂੰ ਮੇਰੇ ਨਾਲ ਬੈਠ ਕੇ ਰੋਟੀ ਖਾਣੀ ਪੈਣੀ ਆ ਨਵ ਰੋਟੀ ਤੇ ਉਹ ਵੀ ਮੈਂ ਹਾਂ ਕਿਰਨ ਹੇ ਰੱਬਾ ਰੋਟੀ ਤੇ ਮੈਂ ਕਦੀ ਖਾਦੀ ਨਹੀਂ ਹੈਗੀ ਪਰ ਜੇ ਮੈਂ ਹੁਣ ਰੋਟੀ ਨਾ ਖਾਦੀ ਤੇ ਨਾ ਮੇ ਦਵਾਈ ਨਹੀਂ ਖਾਣੀ ਮੈਨੂੰ ਲੱਗਦਾ ਹੁਣ ਰੋਟੀ ਮੈਨੂੰ ਖਾਣੀ ਪੈਣੀ ਆ ਕਿਰਨ ਜੇ ਤੂੰ ਰੋਟੀ ਨਹੀਂ ਨਾ ਖਾਣੀ ਲੇ ਜਾ ਥਾਲੀ ਮੇਰੇ ਲੱਗੋ ਮੈਂ ਵੀ ਨਹੀਂ ਰੋਟੀ ਖਾਣੀ ਚਲੋ ਠੀਕ ਹੈ ਰੁਕੋ ਮੈਂ ਵੀ ਤੁਹਾਡੇ ਨਾਲ ਖਾਣੀ ਆ ਰੋਟੀ ਚਲ ਆ ਜਾ ਇੱਥੇ ਦੋਵੇਂ ਬਹਿ ਕੇ ਖਾਣੇ ਰੋਟੀ ਲੈ ਮਣਾ ਰੋਟੀ ਤੇ ਸੁਆਦ ਹੀ ਬੜੀ ਲੱਗਦੀ ਹੈ ਮੈਂ ਤੇ ਐਵੇਂ ਨਹੀਂ ਖਾਂਦੀ ਲਾ ਕਿਰਨ ਉਹ ਮੰਮੀ ਵੀ ਆ ਗਈ ਆ ਮੰਮੀ ਆ ਗਈ ਸਾਸਿਕਾਲੋ ਮੰਮੀ ਜੀ ਸਾਸਰੀ ਦਾ ਪੁੱਤ ਹੈ ਕਿਦਾਂ ਪੁੱਤ ਐਰਕਾ ਫਿਰ ਆਪਣੀ ਸਕੀਮ ਕਾਮਯਾਬ ਹੋਈ ਕਿ ਨਹੀਂ ਉਹ ਮੰਮੀ ਐਤਕਾ ਆਪਣੀ ਸਕੀਮ ਪੂਰੀ ਕਾਮਯਾਬ ਹੋ ਗਈ ਆ ਮੈਰੇ ਤੁਹਾਡੀ ਨੂੰਨ ਰੋਟੀ ਖਵਾ ਵੀ ਦਿੱਤੀ ਆ ਤੇ ਉਹ ਵੀ ਉਹਦੇ ਆਪਣੇ ਹੱਥਾਂ ਦੇ ਨਾਲ ਬਣੀ ਸ਼ੂਗਰ ਆ ਰੱਬਾ ਚਲ ਆਜੋ ਚਲ ਗਏ ਹੁਣ ਅੰਦਰ ਚਲੋ ਹਾਂ ਇਹ ਤੇ ਦੋਨੋਂ ਮਾਂ ਪੁੱਤ ਆਪਸ ਵਿੱਚ ਲੜੇ ਹੀ ਇਹ ਤੇ ਬੋਲਦੇ ਨਹੀਂ ਹੀ ਹੈਗੇ ਨਾਇ ਮਮੀ ਨਵ ਦੇ ਬਿਮਾਰ ਹੋਣ ਤੇ ਆਈ ਤੇ ਨਾਇ ਨਵ ਨੇ ਫੋਨ ਤੇ ਗੱਲ ਕੀਤੀ ਸੀ ਮਮੀ ਨਾਲ ਤੇ ਹੁਣ ਇਹ ਦੋਨੋਂ ਆਪਸ ਵਿੱਚ ਬੋਲਣ ਦੇ ਆ ਕੁਝ ਸਮਝ ਨਹੀਂ ਆਈ ਮੈਨੂੰ ਆਗੇ ਜੀ ਮਮੀ ਜੀ ਤੁਸੀਂ ਹਾਂ ਪੁੱਤ ਆ ਗਈਆਂ ਮਮੀ ਇੱਕ ਗੱਲ ਦੱਸੋ ਮੈਨੂੰ ਤੁਸੀਂ ਜਿਸ ਦਿਨ ਮੈਂ ਤੁਹਾਨੂੰ ਫੋਨ ਲਾਇਆ ਸੀ ਦੱਸਿਆ ਸੀ ਕਿ ਨਾ ਬਿਮਾਰ ਨੇ ਉਹ ਦਿਨ ਤੋਂ ਤੁਸੀਂ ਆਏ ਨਹੀਂ ਨਾਲੇ ਫੋਨ ਕੱਟਤਾ ਸੀ ਤੇ ਅੱਜ ਤੁਸੀਂ ਆਪਣੇ ਆਪ ਆ ਗਏ ਜੇ ਕਿਰਨ ਇਹ ਸਾਰੀ ਕਹਾਣੀ ਤੁਹਾਨੂੰ ਮੈਂ ਦੱਸਣਾ ਆ ਨਵ ਕਹਾਣੀ ਹਾਂਜੀ ਇਸ ਕਹਾਣੀ ਦੀ ਕਿਰਨ ਸ਼ੁਰੂਆਤ ਉਸ ਦਿਨ ਹੋਈ ਜਿੱਦਣ ਮੰਮੀ ਆਪਣੇ ਕਮਰੇ ਵਿੱਚ ਆਏ ਹੀ ਤੈਨੂੰ ਕੰਮ ਕਹਿਣ ਵਾਸਤੇ ਤੇ ਫਿਰ ਮੰਮੀ ਦੇ ਪੇਕੇ ਜਾਣ ਤੱਕ ਤੇ ਮੇਰੇ ਬਿਮਾਰ ਹੋਣ ਤੱਕ ਇਹ ਸਾਰੀ ਕਹਾਣੀ ਚੱਲਣ ਈ ਇੱਕ ਆਪਾਂ ਨਾਟਕ ਖੇਡਣ ਡੇ ਹਾਂ ਤੇ ਇਹ ਕਹਾਣੀ ਬਣਾਉਂਦਾ ਸਾਡਾ ਮਕਸਦ ਹੀ ਕਿਰਨ ਤੈਨੂੰ ਰੋਟੀ ਬਣਾਉਣੀ ਸਿਖਾਉਣੀ ਤੇ ਖਵਾਉਣੀ ਤਾਂ ਕਿ ਤੈਨੂੰ ਸਾਰੇ ਕੰਮ ਕਰਨ ਦੀ ਜਾਂਚ ਆ ਜਾਏ ਪੁੱਤ ਬੰਦਾ ਜਿੰਨਾ ਮਰਜ਼ੀ ਅਮੀਰ ਹੋ ਜਾਏ ਰੋਟੀ ਤੇ ਪਕਾ ਕੇ ਖਾਣੀ ਪੈਂਦੀ ਆ ਨਾਲੇ ਕੰਮ ਕੰਮ ਦੇ ਬੰਦੇ ਦੇ ਕਰਮ ਹੁੰਦੇ ਆ ਹਾਂਜੀ ਮੰਮੀ ਜੀ ਮੈਂ ਉਦੋਂ ਵੀ ਨਾ ਵਾਸਤੇ ਰੋਟੀ ਨਹੀਂ ਤੇ ਅੱਜ ਵੀ ਅੱਜ ਉਸ ਗੋਗਨ ਨੇ ਧੱਕੇ ਨਾਲ ਮੈਨੂੰ ਰੋਟੀ ਖਵਾ ਵੀ ਦਿੱਤੀ ਤੇ ਸੱਚ ਦੱਸਾਂ ਮੰਮੀ ਜੀ ਮੈਨੂੰ ਆਪਣੇ ਹੱਥਾਂ ਦੀ ਰੋਟੀ ਬਣੀ ਹੋਈ ਖਾ ਕੇ ਨਾ ਬੜਾ ਹੀ ਵਧੀਆ ਲੱਗਾ ਵਾ ਕਿਰਨ ਮੈਂ ਵੀ ਬਿਮਾਰ ਹੋਣ ਦਾ ਨਾਟਕ ਨਾ ਸਿਰਫ ਤੇਰੀ ਖਾਤਰ ਕੀਤਾ ਸੀ ਕਿ ਤੈਨੂੰ ਰੋਟੀ ਬਣਾਉਣੀ ਆ ਜੇ ਬਾਕੀ ਮੈਂ ਬਿਲਕੁਲ ਠੀਕ ਆ ਮੈਨੂੰ ਕੋਈ ਟਾਈ ਫੈਟ ਨਹੀਂ ਹੋਇਆ ਹੁਣ ਦੱਸ ਤੂੰ ਰੋਟੀ ਖਾਧੀ ਤੈਨੂੰ ਚੰਗਾ ਲੱਗਾ ਨਾ ਹਾਂਜੀ ਨਾ ਮੈਨੂੰ ਬਹੁਤ ਚੰਗਾ ਲੱਗਾ ਵਾ ਵੇਖ ਪੁੱਤ ਤੈਨੂੰ ਰੋਟੀ ਬਣਾਉਣੀ ਆ ਗਈ ਆ ਪਰ ਤੂੰ ਫਿਕਰ ਨਾ ਕਰੀ ਮੈਨੂੰ ਪਤਾ ਤੇਰੇ ਕੋ ਸਾਰਾ ਕੰਮ ਨਹੀਂ ਹੋਣਾ ਤੂੰ ਸਿਰਫ ਪੁੱਤ ਰੋਟੀ ਬਣਾ ਦਿਆ ਕਰੀ ਬਾਕੀ ਸਾਰਾ ਕੰਮ ਆਪ ਕਰ ਲਿਆ ਕਰਾਂਗੀ ਨਹੀਂ ਨਹੀਂ ਮੰਮੀ ਜੀ ਜਿੰਨਾ ਮੇਰੇ ਕੋ ਹੋ ਸਕਿਆ ਨਾ ਮੈਂ ਓਨਾ ਕੰਮ ਤੁਹਾਡੇ ਨਾਲ ਜ਼ਰੂਰ ਕਰਾਇਆ ਕਰਾਂਗੀ ਉਹ ਨਹੀਂ ਨਹੀਂ ਪੁੱਤ ਮੈਂ ਵੀ ਵੇਲੀ ਨੇ ਕੀ ਕਰਨਾ ਆ ਮੈਂ ਵੀ ਤੇਰਾ ਕੰਮ ਕਰਾਇਆ ਕਰਾਂਗੀ ਓ ਚਲੋ ਬਸ ਕਰੋਗੇ ਹੁਣ ਗੱਲਾਂ ਹੀ ਮਾਰੀ ਜਾਣੀਆਂ ਕਿ ਰੰਦੇ ਇਦਾਂ ਕਰ ਹੁਣ ਭਾਂਡੇ ਜਾ ਕੇ ਰਸੋਈ ਚ ਰੱਖ ਦੇ ਤੇ ਮੰਮੀ ਵਾਸਤੇ ਵਧਿਆ ਜੀ ਚਾਹ ਬਣਾ ਕੇ ਲਿਆ ਹੁਣ ਚਲੋ ਠੀਕ ਐ ਜੀ ਮੈਂ ਚਾਹ ਬਣਾ ਕੇ ਹੁਣੇ ਲਿਆਉਣੀ ਆ ਠੀਕ ਐ ਹਾਂਜੀ ਸਾਸੀ ਕਾਲ ਜੀ ਸਾਰਿਆਂ ਨੂੰ ਸੋ ਫਾਈਨਲੀ ਅੱਜ ਆਪਾਂ ਵੱਡੇ ਘਰ ਦੀ ਧੀ ਸੀਰੀਜ਼ ਦਾ ਐਂਡ ਕੀਤਾ ਏ ਤੇ ਤੁਹਾਨੂੰ ਆਪਣੀ ਇਹ ਵਾਲੀ ਸੀਰੀਜ਼ ਕਿਦਾਂ ਦੀ ਲੱਗੀ ਆ ਸਾਰਿਆਂ ਤੋਂ ਪਹਿਲਾਂ ਤਾਂ ਆਪਣੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਦੂਜੀ ਗੱਲ ਇਹ ਇਸ ਵੀਡੀਓ ਰਾਈ ਜੋ ਤੁਹਾਨੂੰ ਆਪਾਂ ਮੈਸੇਜ ਦੇਣਾ ਚਾਹਿਆ ਆ ਉਮੀਦ ਕਰਦੇ ਆ ਕਿ ਉਹ ਵੀ ਮੈਸੇਜ ਤੁਹਾਨੂੰ ਬੜੇ ਵਧੀਆ ਤਰੀਕੇ ਦੇ ਨਾਲ ਸਮਝ ਆ ਗਿਆ ਹੋਵੇਗਾ ਤੇ ਉਹ ਮੈਸੇਜ ਕੀ ਸੀ ਥੋੜਾ ਜਿਹਾ ਆਪਾਂ ਇਹਨਾਂ ਕੋਲੋਂ ਵੀ ਸੁਣ ਲੈਂਦੇ ਆ ਬਾਕੀ ਵੀਡੀਓ ਦੇ ਵਿੱਚ ਤੁਸੀਂ ਸਮਝ ਹੀ ਗਏ ਹੋ ਹੋਗੇ ਹਾਂਜੀ ਇਸ ਵੀਡੀਓ ਵਿੱਚ ਅਸੀਂ ਇਹੋ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਆ ਕਿ ਭਾਵੇਂ ਆਪਾਂ ਮੀਰ ਆ ਭਾਵੇਂ ਆਪਾਂ ਗਰੀਬ ਆ ਹਰ ਇੱਕ ਧੀ ਨੂੰ ਕੰਮ ਕਰਨਾ ਆਉਣਾ ਚਾਹੀਦਾ ਵਾ ਬਿਲਕੁਲ ਕਿਉਂਕਿ ਅੱਗੇ ਜਾ ਕੇ ਸਾਨੂੰ ਕਈ ਪ੍ਰੋਬਲਮਾਂ ਦਾ ਫੇਸ ਕਰਨੀਆਂ ਪੈਂਦੀਆਂ ਵਾ ਇਸ ਕਰਕੇ ਜੇ ਆਪਾਂ ਕੰਮ ਸਿੱਖਿਆ ਹੋਏਗਾ ਤੁਹਾਨੂੰ ਆਪਣੀ ਰੋਟੀ ਪਕਾ ਕੇ ਆਪਾਂ ਖਾ ਸਕਦੇ ਆ ਤੇ ਅੱਗੇ ਜਾ ਕੇ ਉਹਨੂੰ ਆਪਣੇ ਸਹੁਰੇ ਘਰ ਦੇ ਵਿੱਚ ਕੋਈ ਪ੍ਰੋਬਲਮ ਨਾ ਫੇਸ ਕਰਨੀ ਪਵੇ ਤਾਂ ਕਰਕੇ ਇਹ ਮਾਂ ਦਾ ਫਰਜ਼ ਬਣਦਾ ਆ ਕਿ ਧੀ ਨੂੰ ਸਾਰੇ ਘਰ ਤੋਰਨ ਤੋਂ ਪਹਿਲਾਂ ਉਸ ਨੂੰ ਏ ਟੂ ਜ਼ेड ਤੱਕ ਸਾਰੇ ਘਰ ਦੇ ਕੰਮ ਜਿਹੜੇ ਆ ਨਾ ਉਹ ਸਿਖਾਉਣੇ ਜ਼ਰੂਰੀ ਆ ਤਾਂ ਕਿ ਅੱਗੇ ਜਾ ਕੇ ਉਹਨੂੰ ਕੋਈ ਦਿੱਕਤ ਨਾ ਆਵੇ ਤੇ ਬਾਕੀ ਕਰਨ ਵਾਲੀ ਗੱਲ ਆ ਚਲੋ ਅਮੀਰ ਵੀ ਆਪਾਂ ਹੁੰਨੇ ਆ ਏਡੀ ਕੋਈ ਗੱਲ ਨਹੀਂ ਗਰੀਬ ਵੀ ਹੁੰਨੇ ਆ ਪਰ ਕੰਮ ਤੇ ਘਰਾਂ ਦੇ ਵਿੱਚ ਸਾਨੂੰ ਕਰਨੇ ਹੀ ਪੈਂਦੇ ਆ ਨਾ ਸੋ ਇਸ ਕਰਕੇ ਮੇਨ ਮੋਟਿਵ ਸਾਡਾ ਇਹੋ ਹੀ ਵੀਡੀਓ ਦੇ ਵਿੱਚ ਹੀ ਸਮਝਾਉਂਦਾ ਤੁਹਾਨੂੰ ਕਿ ਬੰਦੇ ਨੂੰ ਕੰਮ ਕਰਨਾ ਜ਼ਰੂਰ ਆਉਣਾ ਚਾਹੀਦਾ ਤੇ ਇਹ ਗੱਲ ਸਿਰਫ ਇੱਥੇ ਨਹੀਂ ਖਤਮ ਹੁੰਦੀ ਕਿ ਕੁੜੀਆਂ ਨੂੰ ਕੰਮ ਕਰਨਾ ਆਉਣਾ ਚਾਹੀਦਾ ਆ ਇਹ ਬੰਦੇ ਦਾ ਵੀ ਫਰਜ਼ ਬਣਦਾ ਆ ਕਿਉਂਕਿ ਦੁਨੀਆ ਦੇ ਵਿੱਚ ਆਪਾਂ ਵਿਚਰਦੇ ਆ ਤਾਂ ਬਾਈ ਚਾਂਸ ਜੇ ਘਰ ਦੀ ਬਿਮਾਰ ਹੋ ਜਾਏ ਤੇ ਫਿਰ ਬੰਦਾ ਕਿੱਥੇ ਜਾਏ ਮਾਂ ਵੀ ਨਾਲ ਨਾਲ ਨਾ ਹੋਏ ਇਸ ਕਰਕੇ ਬੰਦੇ ਨੂੰ ਵੀ ਕੰਮ ਕਰਨੇ ਜਿਹੜੇ ਆ ਆਉਣੇ ਚਾਹੀਦੇ ਆ ਕਿਉਂ ਕਰਨ ਹਾਂਜੀ ਮੈਨੂੰ ਆਉਂਦੇ ਆ ਕਿਉਂਕਿ ਮੈਂ ਵੀ ਟਰੱਕਲੇ 2-3 ਸਾਲ ਲਾ ਕੇ ਗੱਡੀ ਤੇ ਉੱਥੇ ਰੋਟੀ ਪਾਣੀ ਨੂੰ ਆਪ ਹੀ ਬਣਾਉਣਾ ਪੈਂਦਾ ਸਾਰਾ ਕੁਝ ਮੈਂ ਕਿਹਾ ਸ਼ਾਇਦ ਬਸ ਕਰਨ ਨੂੰ ਹੁੰਦੀਆਂ ਸੋ ਬਾਕੀ ਫਾਈਨਲੀ ਅ ਇਥੇ ਅੱਜ ਆਪਾਂ ਇਸ ਸੀਰੀਜ਼ ਦਾ ਆਪਣਾ ਐਂਡ ਕੀਤਾ ਆ ਤੇ ਬਾਕੀ ਕਿੰਨਾ ਹੋਰ ਕੋਈ ਗੱਲਬਾਤ ਨਹੀਂ ਬਸ ਠੀਕ ਆ ਤੇ ਜੇਕਰ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤੇ ਜੇ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਜਾਇਓ ਤੇ ਬੈਲ ਆਈਕਨ ਨੂੰ ਵੀ ਜਰੂਰ ਪ੍ਰੈਸ ਕਰ ਲਿਓ ਤਾਂ ਕਿ ਨਵੀਆਂ ਨਵੀਆਂ ਵੀਡੀਓ ਦੀ ਨੋਟੀਫਿਕੇਸ਼ਨ ਜਿਹੜੀ ਆ ਨਾ ਉਹ ਤੁਹਾਡੇ ਤੱਕ ਪਹੁੰਚ ਜੇ ਤੇ ਬਾਕੀ ਇੱਕ ਗੱਲ ਹੋਰ ਹੁੰਦੀ ਆ ਕਿ ਤੁਸੀਂ ਵੀਡੀਓ ਵੇਖ ਕੇ ਚੱਲ ਜਾਂਦੇ ਜੇ ਪਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਦੇ ਸੋ ਚੈਨਲ ਵੀ ਜਰੂਰ ਸਬਸਕ੍ਰਾਈਬ ਕਰਾਇਆ ਕਰੋ ਤੇ ਦੂਜੀ ਗੱਲ ਇਹ ਕਿ ਜੇਕਰ ਇਹ ਵੀਡੀਓ ਨੂੰ ਤੁਸੀਂ ਫੇਸਬੁਕ ਤੇ ਦੇਖ ਰਹੇ ਜੇ ਤੇ ਫੇਸਬੁਕ ਪੇਜ ਨੂੰ ਵੀ ਜਰੂਰ ਫੋਲੋ ਕਰ ਲਿਓ ਤੇ ਬਾਕੀ ਚਲੋ ਠੀਕ ਆ ਧੰਨਵਾਦ ਤੁਹਾਡਾ ਸਾਰਿਆਂ ਦਾ ਜਲਦੀ ਹੀ ਮਿਲਦੇ ਹਾਂ ਹੁਣ ਨੈਕਸਟ ਸੀਰੀਜ਼ ਦੇ ਵਿੱਚ ਧੰਨਵਾਦ ਜੀ ਸਾਰਿਆਂ ਦਾ